अज संगरूर दे विच पंजाब इन्फोटेक दे चेयरमैन लगन ते उन्हां दा सन्मान तालमेल कमेटी संगरूर दे वल्लों कीता गया, जिस दे विच पंजाब दे मुख्यमंत्री भगवंत सिंह मान दे माता हरपाल कौर, पंजाब दे वित्त मंत्री हरपाल चीमा, कैबिनेट मंत्री अमन अरोड़ा ते वख-वख जिलियां दे MLA भी इस प्रोग्राम दे विच शामिल होए। इस दे नाल ही मिंकू जवंदा ने सब दा धन्नवाद करदे होए कहा कि अज उन्हां नूं खुशी है कि उन्हां दे चेयरमैन बनन दी खुशी दे विच प्रोग्राम उलीकिया गया। उन्होंने भी कहा कि वह इस सौदे से मेहनत के नाल काम करेंगे और किसी भी तरह की कोई शिकायत का मौका नहीं दिता जाएगा। इस नाल ही उन्होंने भी कहा कि पंजाब दे विच इन्फोटेक नूं लैके उन्होंने कई प्लान बनाए हुए हैं, जिस दे नाल वह मुख्यमंत्री पंजाब नूं मिलणगे अते इन्हां प्लानां दे उत्ते चर्चा करके इन्हां प्लानां नूं अमल दे विच लियांदा जाएगा। अज तालमेल कमेटी संगरूर उन्हां वल्लों अज मेरे जिहड़े चेयरमैन बनण दी खुशी दे विच अज इत्थे प्रोग्राम रखा गया सी। मैं ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਅੱਜ ਇੱਥੇ ਸਾਰੇ ਸਾਡੇ ਮੰਤਰੀ ਸਾਹਿਬਾਂ, MLA ਸਾਹਿਬਾਂ ਅਤੇ ਸਾਰੇ ਚੇਅਰਮੈਨ ਸਾਹਿਬਾਂ ਆਏ। ਮੈਂ ਧੰਨਵਾਦ ਕਰਦਾ ਸਾਡੀ ਮਾਂ, ਸਾਡੀ ਮਾਤਾ ਹਰਪਾਲ ਕੌਰ ਜੀ ਦਾ, ਹਰਪਾਲ ਕੌਰ ਜੀ ਦਾ, ਅਤੇ ਫਾਈਨਾਂਸ ਮਿਨਿਸਟਰ ਚੀਮਾ ਜੀ ਦਾ, ਕੈਬਨਿਟ ਮਿਨਿਸਟਰ ਅਮਨ ਅਰੋੜਾ ਜੀ ਦਾ, ਬਾਕੀ ਸਾਰੇ MLA ਸਾਹਿਬਾਂ ਦਾ, ਚੇਅਰਮੈਨ ਸਾਹਿਬ ਦਾ, ਜਿਨ੍ਹਾਂ ਨੇ ਆਪਦੇ ਕੀਮਤੀ ਸਮੇਂ ਟਾਈਮ ਕੱਢ ਕੇ ਅੱਜ ਇੱਥੇ ਆਏ। ਮੈਂ ਇਹਨਾਂ ਸਾਰਿਆਂ ਦੀ ਉਂਗਲ ਫੜ ਕੇ ਇਸ ਰਾਹ 'ਤੇ ਤੁਰਿਆ ਔਰ ਮੈਂ ਉਮੀਦ ਕਰਦਾ ਕਿ ਮੈਂ ਇਹਨਾਂ ਦਾ ਇਹੀ ਆਸ਼ੀਰਵਾਦ ਮੇਰੇ 'ਤੇ ਬਣਿਆ ਰਹੂਗਾ। ਅੱਗੇ ਜਾ ਕੇ ਕਦੇ ਵੀ ਮੇਰੇ ਤੋਂ ਕੋਈ ਗਲਤੀ ਹੋਈ ਜਾਂ ਕੋਈ ਕੁਤਾਹੀ ਕੀਤੀ ਤਾਂ ਮੈਨੂੰ ਜ਼ਰੂਰ ਰੋਕ ਜਾਂ ਟੋਕ ਦੇਣਗੇ। ਤੁਹਾਨੂੰ ਇਨਫੋਟੈਕ ਦਾ ਚੇਅਰਮੈਨ ਲਾਇਆ, ਕਿੱਦਾਂ ਦੇ ਜਿਹੜੇ ਕੰਮ ਉਪਰਾਲੇ ਨੇ ਉਹਨਾਂ ਨੂੰ ਅੱਗੇ ਵਧਾਉਣ ਦੇ ਲਈ ਕੀਤੇ ਜਾ ਸਾਡੇ, ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਟੈਕਨੋਲੋਜੀ ਦਾ ਯੁੱਗ ਹੈ, IT ਦਾ ਯੁੱਗ ਹੈ, ਤਾਂ ਇੱਕ ਬਹੁਤ ਇੰਪੋਰਟੈਂਟ ਮਹਿਕਮਾ ਹੈ ਅਤੇ ਸਾਡੇ ਵੱਲੋਂ ਬਹੁਤ ਜਲਦੀ ਹੀ ਇੱਕ ਪਲੈਨਡ ਪ੍ਰੋਗਰਾਮ ਲੈ ਕੇ ਅਸੀਂ ਮਾਨ ਸਾਹਿਬ ਕੋਲ ਜਾ ਰਹੇ ਹਾਂ ਅਤੇ ਉਹਨਾਂ ਤੋਂ ਅਪਰੂਵਲ ਲੈ ਕੇ ਜਲਦੀ ਹੀ ਲੋਕਾਂ ਦੇ ਵਿੱਚ ਆਵਾਂਗੇ। ਕਿਸ ਤਰ੍ਹਾਂ ਲੱਗ ਰਿਹਾ ਕਿ ਮਾਨ ਸਾਹਿਬ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੁਹਾਡੇ ਮੋਢਿਆਂ ਦੇ ਉੱਤੇ, ਭਾਰ ਲੱਗ ਰਿਹਾ, ਕਿਸ ਤਰ੍ਹਾਂ ਦਾ? ਮੈਂ ਧੰਨਵਾਦ ਕਰਦਾ ਸਾਡੇ ਪੰਜਾਬ ਦੀ ਸ਼ਾਨ, ਸਾਡੇ ਪੰਜਾਬ ਦੀ ਆਨ ਬਾਨ ਸ਼ਾਨ, ਸਾਡੇ ਦਿਲਾਂ ਦੀ ਧੜਕਣ, ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, ਜਿਨ੍ਹਾਂ ਨੇ ਮੈਨੂੰ ਇਸ ਨਿਮਾਣੇ ਨੂੰ ਐਡੀ ਵੱਡੀ ਜ਼ਿੰਮੇਦਾਰੀ ਦਿੱਤੀ ਹੈ। ਔਰ ਮੈਂ ਭਰੋਸਾ ਦਿਵਾਉਣਾ ਮਾਨ ਸਾਹਿਬ ਨੂੰ, ਸਾਡੇ CM ਸਾਹਿਬ ਨੂੰ, ਕਿ ਮੈਂ ਉਹਨਾਂ ਨੂੰ ਕਦੇ ਵੀ ਨਿਰਾਸ਼ ਨਹੀਂ ਕਰੂੰਗਾ ਅਤੇ ਉਹਨਾਂ ਦੀ ਕਦੇ ਵੀ ਪਿੱਠ ਨਹੀਂ ਲੱਗਣ ਦੂੰਗਾ। ਇਸ ਦੇ ਨਾਲ ਹੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਗੁਰਿੰਦਰਜੀਤ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਅਤੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ ਇਨਫੋਟੈਕ ਦਾ ਚੇਅਰਮੈਨ ਇਹਨਾਂ ਨੂੰ ਇਹਨਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਬਣਾਇਆ। ਇਸ ਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਨੂੰ ਜੈੱਡ ਸਿਕਿਉਰਿਟੀ ਮਿਲਣ ਅਤੇ ਉੱਥੇ ਸੁਖਬੀਰ ਬਾਦਲ ਦੇ ਵੱਲੋਂ ਕੀਤੀ ਗਈ ਟਿੱਪਣੀ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੁਣ ਖਤਮ ਹੋ ਚੁੱਕੇ ਹਨ ਅਤੇ ਉਹਨਾਂ ਨੂੰ ਹੁਣ ਰਾਜਨੀਤੀ ਦੇ ਵਿੱਚ ਕੋਈ ਵੀ ਸੀਰੀਅਸ ਨਹੀਂ ਲੈਂਦਾ। ਅੱਜ ਸਰਦਾਰ ਗੁਰਿੰਦਰਜੀਤ ਸਿੰਘ ਜਵੰਦਾ ਜਿਹੜੇ ਕਿ ਇਨਫੋਟੈਕ ਦੇ ਚੇਅਰਮੈਨ ਬਣੇ ਨੇ, ਉਹਨਾਂ ਨੇ ਅੱਜ ਆਪਣਾ ਅਹੁਦਾ ਸੰਭਾਲਿਆ ਗਾ। ਉਹਨਾਂ ਨੂੰ ਅਸ਼ੀਰਵਾਦ ਦੇਣ ਲਈ ਤਾਲਮੇਲ ਮੰਚ ਜਿਹੜਾ ਸਰੂਰ ਬਣਿਆ ਹੈ, ਉਹਨਾਂ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਸੀ। ਉਹਦੇ ਵਿੱਚ ਅੱਜ ਅਸ਼ੀਰਵਾਦ ਦੇਣ ਲਈ ਬਹੁਤ ਸਾਰੀਆਂ ਸ਼ਖਸੀਅਤਾਂ, ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮਾਤਾ ਜੀ ਪਹੁੰਚੇ ਸੀਗੇ, ਸਮੁੱਚੇ MLA ਸਾਹਿਬਾਨ ਪਹੁੰਚੇ ਸੀ, ਅਮਨ ਅਰੋੜਾ ਜੀ ਪਹੁੰਚੇ ਸੀ। ਅੱਜ ਬਹੁਤ ਬਹੁਤ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਗਈ, ਇਹ ਬਹੁਤ ਅੱਛਾ ਫੰਕਸ਼ਨ ਸੀਗਾ। ਸਾਰੇ ਸ਼ਹਿਰ ਨਿਵਾਸੀਆਂ ਨੇ ਇਸ ਜਿਹੜਾ ਅੱਜ ਦਾ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਸੀ। ਚੀਮਾ ਸਾਹਿਬ, ਮਾਨ ਸਾਹਿਬ ਨੂੰ ਕੇਂਦਰ ਸਰਕਾਰ ਵੱਲੋਂ ਜੈੱਡ ਸਿਕਿਉਰਿਟੀ ਦਿੱਤੀ ਗਈ, ਵਿਰੋਧੀ ਨਿਸ਼ਾਨਾ ਲਾ ਰਹੇ ਨੇ ਵੀ ਪਹਿਲਾਂ ਇਹੀ ਕਹਿੰਦੇ ਸੀ ਸਿਕਿਉਰਿਟੀ ਨਹੀਂ ਲੈਣੀ ਅਤੇ ਹੁਣ ਜੈੱਡ ਸਿਕਿਉਰਿਟੀ ਕਿਉਂ ਲੈ ਰਹੇ? ਸੁਖਬੀਰ ਬਾਦਲ ਨੇ ਵੀ ਟੀਚਰ ਕੀਤੀ, ਉਹ ਕਹਿੰਦੇ ਵੀ ਹੁਣ ਮੁਰਗੀਖਾਨਾ ਖੋਲ ਲਓ। ਦੇਖੋ, ਸੁਖਬੀਰ ਬਾਦਲ ਜਿਹੜਾ ਹੁਣ ਸਮੇਂ ਦੀ ਕੋਈ ਤਰਕ ਸੰਗਤ ਨਹੀਂ ਰਿਹਾ ਹੈਗਾ, ਉਹ ਪੰਜਾਬ ਦੀ ਸਿਆਸਤ 'ਚੋਂ ਖਤਮ ਹੋ ਚੁੱਕਿਆ, ਉਹਦੇ 'ਤੇ ਬਿਆਨਾਂ 'ਤੇ ਕੋਈ ਗੌਰ ਨਹੀਂ ਕਰਦਾ। ਔਰ ਦੂਸਰਾ ਗਾ, ਸਿਕਿਉਰਿਟੀ ਥਰੈਟ ਜਿਹੜੀਆਂ ਨੇਗੀਆਂ, ਕਿਉਂਕਿ ਬਹੁਤ ਸਾਰੀਆਂ ਤਾਕਤਾਂ ਨੇ ਪੰਜਾਬ ਦੀ ਅਮਨ ਕਾਨੂੰਨ ਨੂੰ ਖਤਰਾ ਖੜਾ ਕੀਤਾ ਸੀ, ਉਹਨਾਂ ਦੇ ਖਿਲਾਫ਼ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬੜੀ ਅੱਛੇ ਤਰੀਕੇ ਨਾਲ ਲੜਾਈ ਲੜੀ, ਉਹਨਾਂ ਜਿਹੜੀਆਂ ਪੰਜਾਬ ਵਿਰੋਧੀ ਤਾਕਤਾਂ ਸੀ ਉਹਨਾਂ ਦਾ ਖਾਤਮਾ ਕੀਤਾ ਗਾ। ਸੋ ਇਸ ਕਰਕੇ ਜਿਹੜਾ ਸਿਕਿਉਰਿਟੀ ਥਰੈਟ ਏਜੰਸੀਆਂ ਨੇ ਪਤਾ ਸੀਗਾ ਉਹਨਾਂ ਕੋਲ ਸਿਕਿਉਰਿਟੀ ਥਰੈਟ, ਸੋ ਇਸ ਕਰਕੇ ਸਿਕਿਉਰਿਟੀ ਮਿਲੀ ਹੈ। ਸੋ ਇਹ ਕੋਈ ਰਾਜਨੀਤੀ ਦਾ ਨਿਸ਼ਾ ਨਹੀਂ ਹੈਗਾ, ਰਾਜਨੀਤੀ ਇਸ ਗੱਲ 'ਤੇ ਹੋਣੀ ਚਾਹੀਦੀ ਆ ਕਿ ਸਾਡੇ ਸਕੂਲਾਂ ਦੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਮਿਲਣ ਲੱਗੀ ਆ ਕਿ ਨਹੀਂ ਲੱਗੀ ਆ, ਇਹ ਵਿਸ਼ਾ ਗਾ ਅੱਜ ਦਾ ਪੰਜਾਬ ਦਾ। ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਅੱਛੇ ਸਕੂਲ, ਸਕੂਲ ਆਫ ਐਮੀਨੈਂਸ ਖੁੱਲ੍ਹਣ ਲੱਗੇ ਨੇਗੇ, ਪੰਜਾਬ ਦੇ ਲੋਕਾਂ ਦਾ ਮੁਫਤ ਇਲਾਜ ਮਹੱਲਾ ਕਲੀਨਿਕਾਂ 'ਚ ਹੋਣ ਲੱਗਿਆ, ਇਹ ਅੱਜ ਦਾ ਵਿਸ਼ਾ ਗਾ। ਪੰਜਾਬ ਦੀ ਇਕਾਨਮੀ ਜਿਹੜੀ ਆ ਉਹ ਪੈਰਾਂ ਸਿਰ ਹੋਈ ਹੈ, ਇਹ ਅੱਜ ਦਾ ਵਿਸ਼ਾ ਗਾ। ਪੰਜਾਬ ਦੇ ਸਕੂਲਾਂ ਦੀ ਗੱਲ ਕੀਤੀ ਆ, ਪੰਜਾਬ ਦੇ ਸਕੂਲਾਂ ਦੇ ਵਿੱਚ ਜਿਹੜੀ ਟੀਚਰਾਂ ਦੀ ਬੜੀ ਘਾਟ ਹੈ, ਲਗਾਤਾਰ ਭਰਤੀ ਧਿਆਨ ਆ ਜੀ, ਪੂਰਾ ਧਿਆਨ ਆ, ਭਰਤੀ ਪ੍ਰਕਿਰਿਆ ਜਿਹੜੀ ਉਹ ਜਾਰੀ ਹੈ ਜੀ। ਕਾਫੀ ਸਾਰੀ ਰਿਟ ਪਟੀਸ਼ਨਾਂ ਸੀ, ਉਹਨਾਂ ਵਿੱਚੋਂ ਸਾਡੇ ਤਾਂ ਮੰਤਰੀ ਸਾਹਿਬਾਂ ਲਗਾਤਾਰ ਐਡਵੋਕੇਟ ਜਨਰਲ ਆਫਿਸ ਦੀ ਸਲਾਹ ਲੈ ਕੇ ਲਗਾਤਾਰ ਉਹਨਾਂ ਸਾਰੀਆਂ ਰਿਟ ਪਟੀਸ਼ਨਾਂ ਨੂੰ ਖਤਮ ਕਰਕੇ ਸਾਰੀਆਂ ਭਰਤੀ ਪ੍ਰਕਿਰਿਆਵਾਂ ਨੇ ਉਹਨਾਂ ਦਾ ਰਾਹ ਪੱਧਰਾ ਹੋ ਰਿਹਾ, ਲਗਾਤਾਰ ਟੀਚਰ ਜਿਹੜੇ ਉਹ ਆ ਰਹੇ ਨੇ।